सत श्री अकाल जी, स्वागत है तुहाडा तुहाडे अपने चैनल साडी धरती साडे लोक। सो अज असी फिरोजपुर मोगा रोड पर पहुंचे जिथे के जिला भाषा विभाग फिरोजपुर वालों एक राज पद्धरी समागम भाषा को लैके तुसी देख सकते हो पिछे मेरे मनाया जा रहा। सो असी कॉलेज दे विच मौजूद हाँ, तुहानू सारी गलबात भी सुनावांगे, अंदर जिहड़े नाटक प्ले वगैरह खेडे जा रहे हैं और वख-वख बुलारे आ जिहड़े इत्थों दे राजनीतिक लीडर वख-वख हस्तियां जिहड़ियां इत्थे पहुंचियां होईयां, असीं तुहाडे नाल गलबात भी करावांगे। सो आओ चलदे आ। Thank you.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅਸੀਂ ਮਾਤ ਭਾਸ਼ਾ ਨਾਲ ਸੰਬੰਧਿਤ ਪ੍ਰਦਰਸ਼ਨੀ ਲਾਈ ਹੈ, ਕਿਉਂਕਿ ਅਜੋਕੇ ਸਮੇਂ ਦੇ ਵਿੱਚ ਭਾਵੇਂ ਅਸੀਂ ਪੰਜਾਬ ਦੀ ਧਰਤੀ 'ਤੇ ਰਹਿ ਰਹੇ ਹਾਂ ਪਰ ਪੰਜਾਬੀ ਮਾਂ ਬੋਲੀ ਤੋਂ ਸਾਡੀ ਅੱਜ ਦੀ ਪੀੜ੍ਹੀ ਮੂੰਹ ਮੋੜਦੀ ਜਾ ਰਹੀ ਹੈ। ਸੋ ਅੱਜ ਜੋ ਸਮਾਗਮ ਹੋ ਰਿਹਾ ਸੀਗਾ ਪੰਜਾਬ ਪੱਧਰ ਦਾ, ਸਾਡੇ ਜ਼ਿਲ੍ਹਾ ਭਾਸ਼ਾ ਅਫਸਰ ਡਾਕਟਰ ਜਗਦੀਪ ਸਿੰਘ ਜੀ ਸੰਧੂ ਉਹਨਾਂ ਦੀ ਅਗਵਾਈ ਦੇ ਵਿੱਚ ਅਤੇ ਉਹਨਾਂ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਹੋਇਆਂ ਅਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ ਮੋਗਾ ਜ਼ੋਨ ਵੱਲੋਂ ਮਾਂ ਬੋਲੀ ਨਾਲ ਸੰਬੰਧਿਤ ਪ੍ਰਦਰਸ਼ਨੀ ਲਾਈ ਗਈ ਹੈ। ਮਾੜਾ ਜਿਹਾ ਦਿਖਾ ਵੀ ਦਈਏ, ਹੈ ਨਾ? ਹਾਂਜੀ, ਇਹਦੇ 'ਚ ਅਸੀਂ ਇਹੀ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਜੇਕਰ ਅਸੀਂ ਪੰਜਾਬੀ ਹਾਂ ਅਤੇ ਪੰਜਾਬੀ ਬੋਲੀਏ, ਅਸੀਂ ਪੰਜਾਬੀ ਬੋਲੀ ਨਾਲ ਸੋਹਣੇ ਲੱਗਾਂਗੇ। ਦਿਲ ਆਪਣਾ ਪੰਜਾਬੀ, ਬੋਲੀ ਆਪਣੀ ਪੰਜਾਬੀ, ਅਤੇ ਅਸੀਂ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਜਿਹੜੇ ਪੰਜਾਬੀ ਦੇ ਸ਼ਬਦ ਹੈ ਜਿਹੜੇ ਅਲੋਪ ਹੁੰਦੇ ਜਾ ਰਹੇ ਆ, ਅਸੀਂ ਉਹਨਾਂ ਨੂੰ ਫਿਰ ਉਜਾਗਰ ਕਰਨ ਵਾਸਤੇ ਇੱਥੇ ਸਾਹਮਣੇ ਬਹੁਤ ਸੰਖੇਪ ਕੁਝ ਸ਼ਬਦ ਹੈ। ਇਹ ਬਹੁਤ ਵੱਡਾ ਭੰਡਾਰ ਹੈ ਇਹਨਾਂ ਦਾ, ਪਰ ਅਸੀਂ ਉਹਨਾਂ ਦੇ ਵਿੱਚੋਂ ਕੁਝ ਕੱਢ ਕੇ ਸ਼ਬਦ ਇੱਥੇ ਸਾਹਮਣੇ ਕੀਤੇ ਨੇ। ਅਤੇ ਸਭ ਤੋਂ ਵੱਡੀ ਗੱਲ ਮੈਂ ਕਹਾਂਗਾ ਕਿ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਆਪਣੇ ਦਸਤਖਤ ਪੰਜਾਬੀ ਵਿੱਚ ਹੀ ਕਰੀਏ ਜੀ। ਠੀਕ ਹੈ, ਅਸੀਂ ਆਮ ਦੇਖਦੇ ਹਾਂ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਜਦੋਂ ਇਮਤਿਹਾਨ ਵੀ ਲੈਂਦੇ ਹਾਂ, ਜਿੰਨੇ ਵਿਦਿਆਰਥੀ ਉੱਥੇ ਦਸਤਖਤ ਕਰਦੇ ਹਨ ਸਾਰੇ ਅੰਗਰੇਜ਼ੀ ਦੇ ਵਿੱਚ ਦਸਤਖਤ ਕਰਦੇ ਹਾਂ। ਅਤੇ ਅਸੀਂ ਇਹ ਪ੍ਰੇਰਿਤ ਕਰ ਰਹੇ ਹਾਂ ਕਿ ਜੇਕਰ ਅਸੀਂ ਪੰਜਾਬ ਦੀ ਧਰਤੀ 'ਤੇ ਰਹਿ ਰਹੇ ਹਾਂ, ਸਾਨੂੰ ਮਾਣ ਹੋਣਾ ਚਾਹੀਦਾ ਪੰਜਾਬੀ ਹੋਣ 'ਤੇ, ਅਤੇ ਸਾਨੂੰ ਇਹ ਮਾਣ ਹੋਣਾ ਚਾਹੀਦਾ ਕਿ ਮਾਂ ਬੋਲੀ ਪੰਜਾਬੀ ਸਾਡੀ ਜਿਹੜੀ ਆ ਉਹ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੋ ਰਹੀ ਹੈ ਅਤੇ ਬਹੁਤ ਜ਼ਿਆਦਾ ਮਾਣ ਜਿਹੜਾ ਪ੍ਰਾਪਤ ਕਰ ਰਹੀ ਹੈ। ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਜੇਕਰ ਪੰਜਾਬੀ ਹਾਂ, ਪੰਜਾਬੀ ਵਿੱਚ ਬੋਲੀਏ, ਪੰਜਾਬੀ ਪੜ੍ਹੀਏ, ਪੰਜਾਬੀ ਲਿਖੀਏ, ਅਤੇ ਪੰਜਾਬੀ ਵਿੱਚ ਹੀ ਆਪਣੇ ਜਿਹੜੇ ਦਸਤਖਤ ਉਹ ਕਰੀ। ਭਾਸ਼ਾ ਵਿਭਾਗ ਦਾ ਇਹ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਜਿਹੜਾ ਇਹ ਪੰਜਾਬੀ ਮਹੀਨਾ ਜਿਹੜਾ ਮਨਾਇਆ ਜਾ ਰਿਹਾ, ਅਤੇ ਸਾਨੂੰ ਇਹ ਮਾਣ ਹੈ ਕਿ ਉਹਦੇ ਰਾਜ ਪੱਧਰੀ ਸਮਾਗਮ ਦਾ ਜਿਹੜਾ ਸਾਨੂੰ ਮੌਕਾ ਮਿਲਿਆ ਫਿਰੋਜ਼ਪੁਰ ਜ਼ਿਲ੍ਹੇ ਨੂੰ, ਕਿ ਅਸੀਂ ਉਹ ਰਾਜ ਪੱਧਰੀ ਸਮਾਗਮ ਫਿਰੋਜ਼ਪੁਰ ਜ਼ਿਲ੍ਹਾ ਕਰਵਾ ਰਿਹਾ, ਜਿਹਦੇ ਵਿੱਚ ਨਾਟਕ ਮੇਲਾ ਜਿਹੜਾ ਕਰਵਾਇਆ ਗਿਆ, ਬਹੁਤ ਸੋਹਣੇ ਨਾਟਕ ਆ ਜਿਹੜੇ ਉੱਥੇ ਖੇਡੇ ਜਾ ਰਹੇ ਨੇ, ਕਿਉਂਕਿ ਪੰਜਾਬ ਸਰਕਾਰ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ। ਤੁਸੀਂ ਕੱਲ੍ਹ ਹੀ ਆਪਣੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਹੋਣਾ ਨੇ ਕਿਹਾ ਹੈ ਕਿ ਸਾਨੂੰ ਆਉਣ ਵਾਲੇ ਜਿਹੜੀ 21 ਫਰਵਰੀ 2023 ਦੇ ਵਿੱਚ ਜਿਹੜੀ ਆ ਰਹੀ ਹੈ ਉਦੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੁੰਦਾ, ਅਤੇ ਸਾਨੂੰ ਆਪਣੇ ਹਰ ਇੱਕ, ਜੇਕਰ ਅਸੀਂ ਦੁਕਾਨਦਾਰ ਹਾਂ ਤਾਂ ਆਪਣੇ ਦੁਕਾਨ ਦੇ ਉੱਪਰ ਅਸੀਂ ਪੰਜਾਬੀ ਦੇ ਵਿੱਚ ਪਹਿਲੇ ਨੰਬਰ 'ਤੇ ਨਾਂ ਲਿਖੀਏ, ਜਿੰਨੀਆਂ ਸਾਡੀਆਂ ਸੰਸਥਾਵਾਂ ਹੈ, ਜਿੰਨੇ ਸਾਡੇ ਬੋਰਡ ਹੈ, ਸਾਰੇ ਦੇ ਸਾਰੇ ਜਿਹੜੇ ਆ ਉਹ ਪੰਜਾਬੀ ਦੇ ਵਿੱਚ ਲਿਖੇ ਹੋਣੇ ਚਾਹੀਦੇ ਆ। ਸੋ ਅਸੀਂ ਇਸ ਗੱਲੋਂ ਜਿਹੜੀ ਪੰਜਾਬ ਸਰਕਾਰ ਹੈ ਉਹਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਉਹ ਪੰਜਾਬੀ ਮਾਂ ਬੋਲੀ ਪ੍ਰਤੀ ਐਡੇ ਵੱਡੇ ਵੱਡੇ ਜਿਹੜੇ ਉਪਰਾਲੇ ਆ ਉਹ ਕਰਨ ਜਾ ਰਹੀ ਹੈ। ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਸਮਾਗਮ ਜਿਹੜਾ ਨਾਟਕ ਮੇਲਾ ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਦੀ ਟੀਮ ਵੱਲੋਂ ਜੈਂਟਸਿਸ ਡੈਂਟਲ ਕਾਲਜ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ, ਔਰ ਇਸ ਨਾਟਕ ਮੇਲੇ ਦੀ ਖੂਬਸੂਰਤੀ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਚੰਗਾ ਰੰਗ ਮੰਚ, ਚੰਗਾ ਥੀਏਟਰ ਲੈ ਕੇ ਆ ਰਹੇ ਹਾਂ, ਅਤੇ ਉਹਨਾਂ ਕੋਸ਼ਿਸ਼ਾਂ ਦੇ ਵਿੱਚ ਇਹ ਸਾਡਾ ਇੱਕ ਪਲੇਠਾ ਯਤਨ ਹੈ। ਔਰ ਦੋਵੇਂ ਨਾਟਕ ਹੀ ਆਪਣੇ ਆਪ ਦੇ ਵਿੱਚ ਕਮਾਲ ਦੇ ਸੀਗੇ। ਪਟਿਆਲੇ ਤੋਂ ਲਾਕਡਾਊਨ ਦਾ ਪ੍ਰੇਮ ਕਹਾਣੀ ਹੈ, ਜਿਹੜੀ ਡਾਕਟਰ ਲੱਖਾ ਲਹਿਰੀ ਥੀਏਟਰ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਤੋਂ ਆਪਣਾ ਨਾਟਕ ਲੈ ਕੇ ਆਏ। ਰਾਹੀਂ ਅੱਜ ਕਹੀ ਗਈ, ਔਰ ਮੈਂ ਸਮਝਦਾ ਰੰਗਮੰਚ ਦੀ ਇਹ ਸਭ ਤੋਂ ਵੱਡੀ ਤਾਕਤ ਆ ਕਿ ਜਿਹਨੇ ਮਨੁੱਖਤਾ ਦੀ ਬਾਤ ਪਾਈ ਔਰ ਉਸ ਮਨੁੱਖਤਾ ਦੀ ਬਾਤ ਦੇ ਵਿੱਚ ਕਿਸੇ ਤਰ੍ਹਾਂ ਦੀ ਬੰਦਿਸ਼ ਨਹੀਂ ਸੀ। ਦੂਸਰਾ ਨਾਟਕ ਅੰਨੀ ਮਾਈ ਦਾ ਸੁਪਨਾ ਹਨੀ ਉਤਰੇਜਾ ਦੀ ਨਿਰਦੇਸ਼ਨ ਅਧੀਨ ਨਟਰੰਗ ਬੋਰ ਵੱਲੋਂ ਕੀਤਾ ਗਿਆ। ਸਾਡੇ ਦੇਸ਼ ਦੀ ਜਿਹੜੀ 1947 ਦੀ ਵੰਡ ਹੋਈ, ਉਸ ਵੰਡ ਨੇ ਬਹੁਤ ਸਾਰੇ ਸੱਲ ਸਾਡੇ ਮਨਾਂ ਦੇ ਵਿੱਚ, ਚੇਤਿਆਂ ਦੇ ਵਿੱਚ ਉੱਕਰੇ ਆ। ਉਹਨਾਂ ਸੱਲਾਂ ਦੀ ਦਾਸਤਾਨ, ਉਹਨਾਂ ਦੁੱਖਾਂ ਦੀ ਦਾਸਤਾਨ, ਸੁਪਨਿਆਂ ਦੇ ਵਿੱਚ ਕਿਵੇਂ ਸਾਡੇ ਮਨਾਂ ਦੇ ਵਿੱਚ ਤਮਾਮ ਜ਼ਿੰਦਗੀ ਵਹਿੰਦੀ ਰਹਿੰਦੀ ਆ, ਉਹ ਇੱਕ ਚੀਜ਼ ਦੇ ਰੂਪ ਵਿੱਚ ਇਹ ਨਾਟਕ ਅੰਨੀ ਮਾਈ ਦਾ ਸੁਪਨਾ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਗੱਲ ਕਰਕੇ ਗਿਆ। ਦੋਵੇਂ ਨਾਟਕ ਆਪੋ ਆਪਣੇ ਪੱਧਰ 'ਤੇ ਕਮਾਲ ਦੇ ਸਨ, ਔਰ ਸਰਦਾਰ ਫੌਜਾ ਸਿੰਘ ਸਰਾਰੀ ਕੈਬਨਿਟ ਮੰਤਰੀ ਮੁੱਖ ਮਹਿਮਾਨ ਵਜੋਂ ਪਹੁੰਚੇ ਸੀਗੇ, ਔਰ ਉਹਨਾਂ ਨੇ ਇਸ ਸਮਾਗਮ ਦੀ ਸ਼ਲਾਘਾ ਕੀਤੀ, ਔਰ ਭਾਸ਼ਾ ਵਿਭਾਗ ਦੇ ਕੀਤੇ ਜਾ ਰਹੇ ਜਿਹੜੇ ਉਪਰਾਲੇ ਆ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਉਹਨਾਂ ਨੇ ਸਲਾਹਿਆ। ਇਸ ਮੌਕੇ 'ਤੇ ਸਾਡੇ ਫਿਰੋਜ਼ਪੁਰ ਦਿਹਾਤੀ ਤੋਂ MLA ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਜੀ,
और डिप्टी कमिश्नर फिरोज़पुर मैडम अमृत सिंह, SDM सरदार रणजीत सिंह भुल्लर जी, तो विशेष तौर पर भाषा विभाग पंजाब तो सहायक डायरेक्टर सरदार सतनाम सिंह जी, सहायक डायरेक्टर प्रवीण कुमार जी, तो होर दफ्तरी अमला हाजिर सन। और वख-वख कॉलेजां स्कूलां साहित्यकारां ते कलाकारां ने, स्कूलां कॉलेजां दे प्रिंसीपल ते साहित्यकार ते कलाकारां ने इस मेले नूं, इस नाटक मेले नूं जिस तरीके नाल मुहब्बत नाल माणिया और साडे इस मेले दे शानदार हिस्सा बनिया उहनूं असीं शब्दां च बयान नहीं कर सकदे। तुहाडा सारिआं दा बहुत बहुत धन्नवाद, शुक्रिया जी। देखो जिहड़े नाटक हुंदे ने या जिहड़े साडीआं स्टेजां हुंदीआं ने जी, युगा युगा तो साढ़े जिहड़े कलाकार ने रंगमंच दे विच हिस्सा लैण वाले या रंगमंच नूं लिखण वाले, रंगमंच नूं तैयार करन वाले, रंगमंच दे विच परफॉर्म करन वाले साढ़े कलाकारां ने हमेशा ही सोसाइटी नूं, देश नूं, समाज नूं एक मैसेज देने की कोशिश की है। और एक किताब दे विच पढ़ के मैसेज दिता जाता, एक बोल के मैसेज दिता जाता, एक मैसेज हुंदा परफॉर्म करके। अज जिहड़ा लॉकडाउन दे एक प्रेम कथा का जिहड़ा मैसेज दिता गया उहदे च एक चीज़ दिखाई गई है कि लॉकडाउन के जिथे लोग जिंदगी तलाश रहे थे उत्थे ही दो शख्स वो जिंदगी जी रहे थे। और जेड़े वो जिंदगी जी रहे थे कि किस तरह जिंदगी जीण वास्ते भीड़ भड़का या जिन्हों असी पंजाबी कहते भी शोशेबाजी या बहुत ज़्यादा एक वक्रा एनवायरमेंट की लोड़ नहीं, जिंदगी जीण वास्ते एक साथी की जरूरत है। और वो साथी जे साडे नाल साडी दिल अटैचमेंट है तो असी एक एकांत दे विच भी एक खुशहाल ते सुखमय जिंदगी जी सकते। दो धर्मां दी गल दिखाई गई, दोनों ने अपने धर्मां दा पालन किया। और सब तो वड्डी जिहड़ी चीज़ मैं इस नाटक दे विच ऑब्जर्व की वो सीगा कि साडी लैंग्वेज साडी माँ बोली दा संदर्भ, एक मुहम्मदन कुड़ी सी, एक साढ़े सिख परिवार के पूरे नाटक के उन्होंने पंजाबी नहीं छड़िया, उन्होंने उर्दू नहीं छड़ी, दोनों कलाकार ने अपनी माँ बोली जी भाषा से उन्होंने बहुत बड़ा सम्मान दिता। और ये नाटक राही एक मैसेज गया भी असी भावें जिहड़े मर्जी मुल्क च जाइए, असी जिहड़े मर्जी समाज के जाइए, असी जिहड़ी मर्जी थां ते जाइए, जिहड़ी साडी माँ बोली है उहदा सत्कार और उहदी जिहड़ी उहदा लैवल है वह हमेशा उच्चा होना चाहिए। तो बहुत वधिया मैसेज ही, मैं पूरी टीम पटियाला तो जिहड़े रंगमंच के कलाकार साडे डायरेक्टर साहब और जिहड़े साडे कलाकार सी बहुत वधिया समा बनिया, दो तो ढाई तीन घंटे कदों निकल के पता ही नहीं लगता। और मैं उन्होंने सारे मुबारकबाद भी देना, बधाई भी देना। और रियली अज साडा जिहड़ा जिला भाषा दफ्तर है और साडे जिला भाषा अफसर और साडी समुची टीम और पंजाब, क्योंकि अज सूबा पदरी रंगमंच जिहड़ा हैगा नाटक मे जिहड़ा हैगा मेला ये चल रहा हैगा और पूरे पंजाब दे विच जिला भाषा डिपार्टमेंट वालों महकमे वालों पूरे सूबे दे विच प्रोग्राम चल रहे हैं। मैं समुची टीम और समूह समुचा जिहड़ा साडा जिला भाषा विभाग है उन्होंने सारे ऑफिसर साहबान और उन्होंने समुची टीम में मैं बहुत बहुत मुबारकबाद देना, बधाई देना।